ਆਖਰੀ ਮੇਲਾ ਮੈਂ ਅਕਸਰ ਹੈਰਾਨ ਸਾਂ ਇਹ ਇੰਡੀਆਂ 'ਚ ਬੱਚੇ ਕੱਢਦਾ ਇਹ ਅਕੜੀਆਂ ਦੇ ਮੇਰੀ ਤਰ੍ਹਾਂ ਨੇ ਕੁੱਤਾ ਖੋਲੀ ਜੰਗਲੇ ਐਸਾ ਕਰਦਾ ਸਰ ਤੇ ਮੈਂ ਤੇਰਾ ਬਦਲੇ ਲਾਉਣਾ ਹੋਇਆ ਹੁਣ ਕਰੀਏ ਕਸ ਵਾਰ ਦਿਸ ਇਜ਼ ਕਾਲਡ ਦਵਾਲਾ ਪਰ ਨਾ ਸਟੀ ਮੇਲੇ जिनके अपने सपने पूरे नहीं होते वो दूसरों के सपने पूरे करने में लग जाते हैं। चे देखें तो आपको आ जाते हैं चक्कर। अस्सलाम वालेकुम, तो फिर खैर खरीदी थी चिट्टे कपड़े आपने पहली बार देखे चलें कोई बात नहीं है क्योंकि मैं इसमें पहली बार वीडियो बना रहा हूँ। मैंने सिलवाए थे पर सारे कह रहे थे कि ठीक नहीं है, फिर इतने एक दाग ले गया तो इस वजह से मैं काफ़ी कम पहनता हूँ। हूँ सी अवाम ने ज़्यादा फरमाइश है अज आसन ग्रां मेला आखिरी मेला, सारे मेले पिछली बार की तरह अटेंड हो गए तो उन्हें आके मैं खोले से थे तितर। आप वो बता दो ना कि ऐसा ने तितर बच्चे भी दिए हैं तितरी ने कुदर गए उतरी ने ये कोलना गछना कुटना। मैं अक्सर आखना सा ये इंडिया बच्चे कटता ये कड़ियाँ दे कुदर गए बे पाँच से एक मरी गया छोटे छोटे कोई बंदा मंगा ना जिस मंगे मैं अक्सर मरी गए मंगना बया वो मरी गए जिन्हें क्या सारे जाएंगे सारे बच्चे जाएंगे। इन्हें क्या करना है कि आने पे कि आप ना जाएं। देखें बात ऐसी है कि बचपन में इस तरह जाने नहीं देते, फिर उसके बाद ये हो जाता है कि छुट्टियां नहीं मिलती। अभी तो ये बच्चों को छुट्टियां हैं, उसके बाद छुट्टियां नहीं मिलती, फिर उसके बाद मज़ीद टेंशन है परेशानियाँ जिम्मेदारियाँ, फिर उसके बाद कई बच्चे नौकरी लग जाते हैं। मेरी तरह ने कुत्ता खोली जंगले ज़्यादातर बच्चे नौकरी लग जाते हैं, फिर उसके बाद कहीं परदेश चले जाते हैं, फिर यह है कि वो सोशल मीडिया पर देखते रहते हैं कि जी मेला है तो हम नहीं जा सके या इस तरह या बहुत कम जा सकें। सो इसलिए जो हमारे साथ अन्याय हुए हैं असं इन्हें से गछन देने असं छत्ता पर खाली तखने रहने से कि जी केड़ी दुकान पई केड़ी नहीं पई। तो बात ऐसी है कि मैं आया सारे तैयार हो जाओ अगे हम कुट खाई खाई कुकड़ों को फिर तक खलता तुस खलते मूँह तकने मरी गए ਅੱਗੇ ਤਾਂ ਖੇ ਫੋਤਾ ਫਾਤਾ ਖਾਈ ਖਾਈ ਨੂੰ ਕੁੱਟੋਂ ਤੇ ਚਲ ਚਲ ਪਿਛਲੀ ਵਾਰੀ ਵੀ ਕੱਪੜੇ ਲਾਏ ਸੀ ਕਿਸੇ ਸ਼ਾਰਟ ਵੀ ਤਸਵੀਰ ਨਹੀਂ ਸੀ ਬਣਾਈ ਤੋ ਆ ਵੀ ਹੈ ਕਿ ਅਭੀ ਵੀ ਕੋਈ ਨਹੀਂ ਹੈ। ਇਹਨਾਂ ਨਿੱਕਿਆਂ ਕੀ ਕੈਮਰਾ ਦੇ ਸਾਂ ਫਰੇਮ ਸ਼ਿਮ ਸੈੱਟ ਕਰੀ ਦੇ ਸਾਂ ਆਸਾਂ ਕਿ ਬਣਾਏ ਹਰ ਵਾਰੀ ਯਾਰ ਲੇਟ ਉੱਠੋ ਤਾਂ ਉੱਠ ਹੀ ਨਹੀਂ ਕੰਮ ਕਰਨੇ ਇਹਨਾਂ ਜਿੰਨਾ ਹੈ ਤਾਂ ਇਹ ਗਰਮੀ ਵੀ ਇਤਨੀ ਆ ਬਾਰਿਸ਼ ਹੋਈ ਫਿਰ ਇਹ ਕਿ ਐਸੇ ਹੋ ਜਾਂਦਾ ਕਿ ਅਬੂਸ ਪਸੀਨੋ ਟੈਨਸ਼ਨ ਔਰ ਕਾਫੀ ਵਾਹ ਮਾਹਣੀ ਕੀ ਵਜ੍ਹਾ ਨਾਲ ਆਪ ਜਲਦੀ ਵਲਾਗ ਅਪਲੋਡ ਕੀਆ ਕਰੇ ਵਜ੍ਹਾ ਨਾਲ ਆਪ ਗਾਇਬ ਹੋ ਗਏ। ਮੈਂ ਗਾਇਬ ਨਾ ਵਾਹ ਮੈਂ ਇੱਥੇ ਹੀ ਹਾਂ ਥੋੜ੍ਹੀ ਮਸਰੂਫੀਅਤ ਜ਼ਿਆਦਾ ਹੀ ਹੈ ਫਿਰ ਆ ਕੇ ਆਵਾਮ ਨਾਲ ਮਿਲਣਾ ਵਲਾਗ ਐਡਿਟ ਕਰਨਾ ਸ਼ਾਰਟ ਵੀਡੀਓ ਜਿਹੜੇ ਸਾਰੇ ਬੰਦੇ ਬਾਕੀ ਸਾਰੇ ਚੈਨਲ ਦਿਖਣੇ ਉਹਨਾਂ ਪਤਾ ਆ ਕੇ ਮੈਂ ਕਿਸੇ ਰੋਜ਼ ਮੈਨੇਜ ਕਰਨਾ ਅਤੇ ਆਵਾਮ ਬਾਈਜਾਨ ਮੈਂਸ਼ਨ ਕਰਦੇ ਮੈਂ ਵਾਇਰਲ ਹੋ ਜਾਊਂਗਾ ਬਾਈਜਾਨ ਸਪੋਰਟ ਕਰਦੇ ਮੈਂ ਵਾਇਰਲ ਹੋ ਜਾਊਂਗਾ ਇਸ ਰਹਿ ਨਹੀਂ ਮਿਹਨਤ ਕਰਨੀ ਪੈਣੀ ਔਰ ਦੂਜੀ ਗੱਲ ਕਿ ਸਪੋਰਟ ਇਹ ਹੀ ਹੈ ਕਿ ਮੈਂ ਆਪਣਾ ਟਾਈਮ ਕੱਢੀ ਅਤੇ ਆ ਕੇ ਆਪਣੇ ਵਲਾਗ ਸ਼ਾਰਟ ਕਰੀ ਫਿਰ ਆ ਕੇ ਤੁਸਾਂ ਕੋਲ ਗਛਣਾ ਅਤੇ ਤੁਸਾਂ ਨਾਲ ਮਿਲਣਾ ਇਹ ਜਿਹੜਾ ਮੇਲਾ ਇਹ ਇੱਥੇ ਕੋਈ ਨਹੀਂ ਮੇਲਾ ਲਗਾ ਕੀਆਂਗੇ ਇਹ ਹੋਣਾ ਨਿੱਕਾ ਜਿਹਾ ਮੇਲਾ ਸਿਰਫ ਸਮਝ ਕੇ ਨਾ ਕੁਝ ਜਿਹੜੀਆਂ ਟੋਕਾਂ ਹੋਈਆਂ ਉੱਥੋਂ ਬੰਦੇ ਨੇ ਪਰ ਕੋਈ ਪਤਾ ਨਹੀਂ ਉਹਦਾ ਫਿਕਸ ਤਾਂ ਨਹੀਂ ਨਾ ਕਿ ਸਿਰਫ ਟੋਕਾਂ ਬੰਦੇ ਛਣ ਸਾਰੇ ਜਿਸ ਨੇ ਆਹ ਖੜਕਣ ਆ ਰੈਡੀ ਪਰਨਾ ਕਿੱਥੇ ਆ ਕੀ ਆ ਕੋਈ ਵੀ ਲੀਰ ਪਰਾਂ ਦਾ ਪੌੜੀ ਕਿ ਇਹ ਇਆਂ ਵਾਹ ਮੁੰਡੇ ਵਰ ਹਲਾ ਇਹ ਇਸੀ ਕੈਚ ਕਰ ਠੀਕ ਹੈ ਅਗਰ ਕੈਚ ਨਾ ਕੀਤਾ ਮੇਲੇ ਪਰ ਨਾ ਖੜਨਾ ਓਕੇ।
ਚਲੋ ਜੀ ਘਰ ਚਲੇ ਜਾਓ, ਘਰ ਚਲੇ ਜਾਓ। ਕੈਸ਼ ਨਾ ਕਰ ਸਕੇ? ਨਹੀਂ ਨਹੀਂ ਆਪ ਨੂੰ ਲੈ ਕੇ ਜਾਤੇ। ਓਕੇ ਬਾਏ। ਠੀਕ ਹੈ ਨਿੱਕਿਆ ਸਾਨੂੰ ਐਸਾ ਕਰਨਾ ਸਰ ਤਾਂ ਮੈਂ ਤੇਰਾ ਬਦਲੇ ਲਾਉਣਾ ਹੋਵੇ। ਬੜੇ ਹਮੇ ਐਸੇ ਸਤਾਤੇ ਥੇ ਤਾਂ ਹੁਣ ਅਸਾਂ ਨੀ ਵਾਰੀ ਅਸਾਂ ਸਤਾਵਾਂ, ਪਰ ਮੈਂ ਆਹ ਖੜਸਾਂ ਸਾਰਿਆਂ ਗੇ। ਫੌਜਾਂ ਹੋਈਆਂ ਤਿਆਰ, ਸਖ਼ਤ ਗਰਮੀ ਅਬਸ ਜੀ ਹੈ, ਪਰ ਇਹ ਹੈ ਕਿ ਵਿਹਲੇ ਮੈਂ ਜਾਣੇ ਕਾ ਮਜ਼ਾ ਐਸੇ ਹੀ ਆਤਾ ਹੈ। ਸਹੀ ਵਾਮ ਦਿਹਾੜੀ ਹੋਈ ਇਸ ਨਹੀਂ, ਪਰ ਹਮ ਜਾ ਰਹੇ ਸ਼ਾਮ ਕੋ ਦਿਹਾੜੀ, ਮਜ਼ੀਦ ਗਰਮੀ, ਪਕੌੜੇ, ਸਮੋਸੇ, ਅਤੇ ਫਿਰ ਇਹ ਵਾਰ ਵਾਰ ਪਾਣੀ ਪੀਣਾ, ਇਹ ਇੱਕ ਅਸਲ ਜਸ ਹੁੰਦੀ ਹੈ। ਮੇਲੇ ਦੇ ਕਿਸ਼ਨ ਮਜ਼ਾ ਹੀ ਇਸ਼ਨਾ ਪੈਦਲ ਪੀਰ ਰਾਜ਼ੀ ਹੋਣੇ ਹੁਣ ਕਰੀਏ ਕਸਵਾਰ। ਆ ਜਾ ਸ਼ੇਰਾ, ਇਹ ਕਸਵਾਰ ਕੀਤਾ, ਇਹ ਜਗ੍ਹਾ ਹਮ ਢੂੰਡ ਕੇ ਫਿਰ ਆ ਕੇ ਇਸਨੇ ਵਿੱਚੋਂ ਨਿਕਲੋ। ਇਸ ਤਰ੍ਹਾਂ ਬੱਟੇ ਵਾਮ ਰੱਖੇ ਹੋਣੇ, ਫਿਰ ਆ ਕੇ ਬੱਟਿਆਂ ਤਰੱਪੀ, ਜ਼ਿਆਦਾ ਪਾਣੀ ਹੋਇਆ ਫਿਰ ਖਾੜ ਖਲਾ ਕਰੀ ਉੱਧਰ ਖਲੀ ਰਿਹੋ, ਬਲਕਿ ਨਹੀਂ ਉੱਧਰ ਸੇ ਰੋਡ ਵੀ ਹੈ। ਇਹ ਕਸ ਅਸਾਂ ਪਾਰ ਕਰੀ ਆਏ ਹਾਂ, ਹੁਣ ਚੱਲੀਏ ਇਹਨਾਂ ਬੱਟਿਆਂ ਪਰ। ਇਹ ਹੈ ਕਿ ਲੋਕ ਇੱਧਰ ਸੇ ਬਜਰੇ ਵੀ ਨਿਕਾਲਤੇ ਹੈ, ਔਰ ਫਿਰ ਇਹ ਹੈ ਕਿ ਰੇਤ ਵੀ, ਇਸ ਕੋ ਜਬ ਐਸੇ ਖੁੰਡਦੇ ਨਾ ਖੋਦਤੇ, ਤੋ ਫਿਰ ਇਹ ਹੈ ਕਿ ਇਸ ਮੇ ਸੇ ਰੇਤ ਔਰ ਬਜਰੀ ਵੀ ਨਿਕਾਲ ਕੇ ਕਈ ਵੇਚ ਦੇਤੇ ਹੈ, ਔਰ ਕਈ ਕਿਆ ਕਰਤੇ ਹੈ ਕਿ ਆਪਣੇ ਘਰ ਜੋ ਕੰਮ ਵਗੈਰਾ ਉੱਧਰ ਯੂਸ ਕਰ ਲੈਤੇ ਹੈ। ਦਿਸ ਇਜ਼ ਕਾਲਡ ਦੁਆਲਾ। ਜਬ ਇਹ ਹੈ ਕਿ ਇੱਧਰ ਗੰਦਮ ਲੱਗੀ ਹੁੰਦੀ ਹੈ, ਫਿਰ ਇੱਧਰ ਇਹ ਜਾੜੀਆਂ ਵਗੈਰਾ ਦੇ ਕੇ ਕਾਂਟੇਦਾਰ ਜਾੜੀਆਂ ਦੁਆਲਾ ਉੱਚਾ ਕਰ ਦਿੱਤੇ, ਤਾਂ ਕਿ ਇਹ ਹੈ ਕਿ ਸਾਜੜੀਆ, ਤਾਂ ਕਿ ਇਹ ਹੈ ਕਿ ਇਨਸਾਨ ਗੁਜ਼ਰ ਜਾਏ ਔਰ ਜੋ ਜਾਨਵਰ ਹੈ ਉਹ ਉੱਧਰ ਖਾੜ ਖਲਾ ਕਰਕੇ ਦੇਖਤੇ ਰਹੇ, ਮਤਲਬ ਬਾਹਰ ਸਹੀ ਹੈ ਕਿ ਗੰਦਮ ਮੇਂ ਨਾ ਆਏ। ਅਭੀ ਇਹ ਹੈ ਕਿ ਇੱਧਰ ਥੋੜ੍ਹੀ ਦੇਰ ਖੜ੍ਹੇ ਹੋਏ ਬੱਚੋਂ ਕੇ ਲੀਏ, ਤਾਂ ਕਿ ਸਾਹ ਗੱਡੀ ਕੇ ਨਾਲ, ਕਿਉਂਕਿ ਟੋਟਲ ਚੜ੍ਹਾਈ, ਔਰ ਕਾਫੀ ਲੋਕ ਪੁੱਛਦੇ ਹੈ ਕਿ ਇਹ ਪਰਨਾ ਆਪ ਕਿਉਂ ਰੱਖਤੇ ਹੈ। ਬਾਤ ਇਹ ਹੈ ਕਿ ਆਪਕੋ ਜਬ ਪਸੀਨਾ ਵਗੈਰਾ ਆਤਾ ਹੈ ਤੋ ਟਿਸ਼ੂ ਕੀ ਤਰ੍ਹਾਂ ਕਾਮ ਕਰੇਗਾ, ਇਸ ਲਈ ਆਪ ਐਸੇ ਸਾਫ਼ ਕਰ ਸਕਤੇ ਹੈ। ਫਿਰ ਇਹ ਹੈ ਕਿ ਆਪ ਐਸੇ ਕਰਕੇ ਸੇਂਡ ਵੀ ਪੂੰਝ ਸਕਤੇ ਹੈ, ਇਹ ਇਸਕੇ ਫਾਇਦੇ ਹੈਂ। ਪਰਨਾ ਸਟੀ ਮੇਲੇ ਮੈਂ ਜਿਸੇ ਵਗੈਰਾ ਖਲੀ ਕੋਈ ਕਲਿੱਪ ਬਣਾਉਣਾ, ਤਾਂ ਜੋ ਨਿੱਕਾ ਮੈਂ ਕਹਿਣਾ ਕਿ ਆਪ ਕਿਤਨੀ ਅੱਛੀ ਵੀਡੀਓ ਬਣਾ ਰਹੇ ਹੈ, ਸੋਚਣਾ ਕਰਿਆ ਮੈਂ ਵਾਪਸ ਨਾ ਭੇਜੀ ਛੋੜਾਂ। ਹਮ ਵੀ ਇਸ ਉਮਰ ਸੇ ਗੁਜ਼ਰ ਕੇ ਆਏ, ਤੋ ਇਹ ਹੈ ਕਿ ਇਹ ਬਾਤੇ ਸਮਝਤੇ ਅਸਾਂ ਕੋਈ ਨਾਲ ਕੀ ਨਿਸ਼ਾ ਸਾਂਢ ਸੇ, ਉਹ ਕਿਤਨਾ ਡੂੰਘਾ ਪਾਉਣੀ ਆ, ਤੁਸੀਂ ਕਿਸੇ ਨਿਕਲੀ ਕਿੰਨੇ ਹੋ, ਅਤੇ ਤੁਸਾਂ ਤਾਂ ਘੱਟ ਰਹੇ ਕੋਈ ਨਾ, ਐਵੇਂ ਮਾਰਨੇ ਰਹਿਣੇ ਸੀ ਤਾਂ ਕਿ ਖੁਸ਼ ਰਹੇ ਔਰ ਹਮੇ ਸਾਥ ਲੈ ਕੇ ਚਲੇ ਜਾਏ। ਕਿਹਾ ਵੀ ਇਹ ਫਾਰਮੂਲਾ ਮਾੜੇ ਅਪਣਾਉਣਾ ਪਿਆ, ਤਾਂ ਬੇਟੇ ਚਲੇ ਆਉਂ ਨਹੀਂ ਆਪ ਲੈ ਕੇ ਜਾਂਦੇ ਵਾਪਿਸ, ਤੁਰੋ ਫਿਰੋ ਹੈ। ਪਿਛਲੀ ਵਾਰੀ 20 ਰੁਪਏ ਨੇ ਬੋਤਲ ਸੀ, ਹੁਣ ਬਾਅਦ ਸ਼੍ਰੀ ਵੀ 40 ਰੁਪਏ ਠੱਡੀ ਬੋਤਲ। ਖੈਰ ਗਰਮੀ ਹੈ, ਪੀਣੀ ਤਾਂ ਬੜੇਗੀ। ਦਰਬਾਰਾ ਪ੍ਰੋਹਿਤ ਆ ਰਹੇ ਹਾਂ, ਇਤਨੀ ਗਰਮੀ ਰਸ਼ ਹੁਣ ਚੁਲੀ ਆ ਬੁਣ। ਜੀ ਫੇਰੀ ਟੋਰੀ ਤਾਂ ਆ ਰਹੇ ਹਾਂ ਵਾਪਸ, ਮੇਲਾ ਜੀ ਕੁਛ ਹੋਤਾ ਹੈ ਸ਼ੂਲ ਮੇਲਾ, ਪਰ ਇਹ ਆ ਕਿ ਯਾਦਾਂ ਤਾਜ਼ਾ ਹੋ ਗਈਆਂ, ਕਿਉਂਕਿ ਸਾਰਿਆਂ ਪਹਿਲਾਂ ਬਚਪਨ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੈਂ ਮੇਲਾ ਅਟੈਂਡ ਕੀਤਾ, ਬਲਕਿ ਕੀਤਾ ਹੀ ਸਿਰਫ ਇਹ ਆ। ਹੁਣ ਆ ਕੇ ਕੋਈ ਮੇਲਾ ਛੋੜਨਾ ਨਾ, ਪਰ ਬਾਅਦ ਇਹ ਹੈ ਕਿ ਪਹਿਲ ਜਿਹੜਾ ਮੇਲਾ ਸਾ ਉਹ ਸਿਰਫ ਇਹ ਹੀ ਅਟੈਂਡ ਕਰਨੇ ਸੀ ਬਚਪਨ ਕੀ ਯਾਦਾਂ, ਅਤੇ ਅੱਜ ਜਿਹੜੇ ਜੋ ਨਿੱਕੇ ਇਹਨਾਂ ਜਿਸ ਚੀਜ਼ਾਂ ਪਰ ਹੱਥ ਰੱਖਿਆ, ਮੈਂ ਹੈ ਕਿ ਆਪ ਜਿਸ ਚੀਜ਼ 'ਤੇ ਹੱਥ ਰੱਖੇਗੇ ਅੱਜ ਆਪਕੋ ਲੈ ਕੇ ਦੂੰਗਾ, ਅਤੇ ਨਿੱਕਿਆਂ ਜਿਸ ਚੀਜ਼ ਦਾ ਪਰ ਹੱਥ ਰੱਖਿਆ ਫਿਰ ਵੀ ਆ ਕੇ ਸ਼ਰਮਾਉਣੇ ਸੀ, ਅਤੇ
ਪਰ ਇਹ ਆ ਕਿ ਜਿਹੜੀ ਚੀਜ਼ਾਂ ਇਹਨਾਂ ਤੱਕੀਆਂ ਜਾਂ ਪਤਾ ਲਈ ਕਿਸ ਨਾ ਕਿ ਇਹਨਾਂ ਕੀ ਸ਼ੌਕ ਸਾ ਕਿੰਨੇ ਨਾ ਆ ਜੇ ਆ ਕੇ ਮੈਂ ਇਹਨਾਂ ਸਾਰੇ ਅਰਮਾਨ ਪੂਰੇ ਕੀਤੇ। ਉਹ ਇਮਰਾਨ ਹਾਸ਼ਮੀ ਨੇ ਲਾ ਕੇ ਨਾ ਕਿ ਜਿਸ ਕੇ ਆਪਣੇ ਸੁਪਨੇ ਪੂਰੇ ਨਹੀਂ ਹੋਤੇ, ਉਹ ਦੂਸਰੋਂ ਕੇ ਸੁਪਨੇ ਪੂਰੇ ਕਰਨ ਕੇ ਲੀਏ ਪਤਾ ਨਹੀਂ ਆਪਣੀ ਜਾਨ ਵੀ ਦੇ ਦਿੱਤੇ। ਮਲਿਕ ਸਾਹਿਬ ਜਿਨਕੇ ਆਪਣੇ ਸੁਪਨੇ ਪੂਰੇ ਨਹੀਂ ਹੋਤੇ, ਉਹ ਦੂਸਰੋਂ ਕੇ ਸੁਪਨੇ ਪੂਰੇ ਕਰਨ ਮੇਂ ਲੱਗ ਜਾਤੇ ਹੈ। ਪਰ ਮਲਿਕ ਸਾਹਿਬ ਆਪ ਯੇ ਬਾਤ ਨਹੀਂ ਸਮਝੇਗੇ। ਇਸ ਤਰ੍ਹਾਂ ਕੁਛ ਡਿਲਾਗ ਥਾ ਤੇ ਹੁਣ ਲਿਆਗਾ, ਬਾਕੀ ਬਾਤੇ ਬਾਅਦ ਮੈਂ ਕਰਤੇ ਹੁਣ ਵੀ ਆਖਣੇ ਕਸਾ ਹੀ ਨਾਸਾਂ। ਇੱਧਰ ਕਿੱਧਰ ਸੇ ਜਾਏ, ਰਸਤਾ ਭੁੱਲੀ ਗਿਆ, ਕੁਧਰ ਗਿਆ ਸਾਂ। ਓਏ ਜਿਹੜੇ ਓਏ ਪਾਣੀ ਛਾਲ ਮਾਰੋ, ਪਾਣੀਆਂ ਵਿੱਚੋਂ ਨਿਕਲੋ, ਕੋਈ ਡੂੰਘਾ ਨਹੀਂ, ਕਿੰਝ ਨਹੀਂ ਆਉਣਾ, ਜਾਣ ਦਿਓ ਜਾਣ ਦਿਓ। ਹੁਣ ਇਹ ਬਣੀ ਗਈਆਂ ਰੋਡਾਂ ਵਗੈਰਾ, ਪਹਿਲੇ ਇਸੇ ਦੇ ਲੋਕ ਗਛਣੇ ਸੀ ਇੱਧਰੋਂ ਆਪਣੇ ਆਪਣੇ ਘਰਾਂ ਦਾ। ਜ਼ਿਆਦਾ ਬਾਰਿਸ਼ ਹੋਈ ਗਈ ਸ਼ਾਇਦ, ਫਿਰ ਆ ਕੇ ਰੈਸਟ ਕਰਨੇ ਸੀ, ਆਣ ਸੇ ਪਾਣੀ ਲੈਣ ਦਿਓ। ਫਿਰ ਦੋ ਘੰਟੇ ਜਾਂ ਅੱਧੇ ਦਿਹਾੜੇ ਬਾਅਦ ਪਾਣੀ ਲੈਣਾ ਸਾ, ਇੱਧਰੋਂ ਆ ਅੱਧੇ ਦਿਹਾੜੇ ਬਾਅਦ ਪਾਣੀ ਲੈਣਾ ਸਾ, ਫਿਰ ਆ ਕੇ ਪੰਜ ਛੇ ਛੁੰਗੇ ਵਿੱਚ ਚਲੋ। ਅੱਛਾ ਪਾਣੀ ਅਗਰ ਉਹ ਜ਼ਿਆਦਾ ਗੋ ਪਾਣੀ ਅਗਰ ਉਹ ਜ਼ਿਆਦਾ, ਫਿਰ ਬਾਤ ਇਹ ਹੈ ਕਿ ਆਪ ਜਬ ਨੀਚੇ ਦੇਖੇ ਤੋ ਆਪਕੋ ਆ ਜਾਤੇ ਹੈ ਚੱਕਰ, ਇਸ ਲਈ ਅਸੀਂ ਬੜੇ ਆਣੇ ਸੇ ਸਾਹਮਣੇ ਦੇਖੋ ਸਾਹਮਣੇ। ਕਹਿ ਫਾਈਨਲੀ ਪਹੁੰਚੀ ਆਏ ਹਾਂ, ਹੁਣ ਤਾਂ ਕਹਿ ਰੋਡਾਂ ਛੋਡਾਂ ਬਣੀ ਗਈਆਂ, ਪਹਿਲ ਤੇ ਕੱਚੇ ਅਸਾਂ ਨਿੱਕੇ ਨਿੱਕੇ ਇਸ ਪੜਾ ਬਈ ਮੇਲੇ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਦੁਕਾਨਾਂ ਲੱਗੀਆਂ ਕਿ ਕੋਈ ਨਹੀਂ, ਇੱਥੇ ਤਾਂ ਖੇਡਣ ਪਿਆ। ਹੁਣ ਤਾਂ ਹੋਇਓ ਪੜ ਕਿਤਨਾ ਜਾ, ਪਰ ਬਾਅਦ ਐਸੀ ਹੈ ਕਿ ਜਿਸ ਅਸਾਂ ਨਿੱਕੇ ਆਣੇ ਸੀ ਤਾਂ ਅਸਾਂ ਕੀ ਹੈ ਕਿ ਇੱਥੋਂ ਪੈਰ ਰੱਖੀ ਤਾਂ ਉੱਪਰ ਨਹੀਂ ਸਾ ਚੜਨ ਆਉਣਾ। ਅਬ ਬੜੇ ਹੋ ਗਏ, ਆਹ ਕਿਸ ਨਗਰੀ ਮੇਂ ਵੋ ਦਿਨ ਖੋ ਗਏ, ਹੰਸਤੇ ਖੇਲਦੇ ਹਾਂ ਬੜੇ ਹੋ ਗਏ, ਹੁਣ ਨਹੀਂ ਆਏ ਯਹਾਂ। ਘੜੀਆਂ ਵੀ ਆਉਂਦੀਆਂ ਟੁੱਟੇ ਵੀ ਠੀਕ ਕਰਦੀਆਂ ਹੈ। ਭਾਅ ਜੀ ਫਿਰੀ ਫਿਰ ਆ ਰਹੀ ਹਾਂ ਵਾਪਸ, ਵਾਪਸ ਅਸੀਂ ਫਿਰ ਮੈਂ ਇਹ ਹੈ ਕਿ ਕੰਘੀ ਪਾਊਡਰ ਦੁਬਾਰਾ ਗਈ ਹੈ, ਦੁਬਾਰਾ ਕੰਘੀ ਪਾਊਡਰ ਕਰਨ ਤੋਂ ਬਾਅਦ ਫਿਰ ਮੈਂ ਤਸਵੀਰਾਂ ਬਣਾਈਆਂ। ਬੜਾ ਕੈਸੀ ਹੋ ਗਿਆ ਕਿ ਨਿੱਕੇ ਜੀ ਨਾਲ ਖੜਿਆ ਇਹਨਾਂ ਘਰ ਵਾਲੇ, ਫੋਨ ਕਰੀ ਕਰੀ ਫਿਰ ਮੈਂ ਆਇਆ ਅੱਧੇ ਵਿੱਚ ਸ਼ੀਤ ਕਰਿਆ, ਕੋਲ ਪਹੁੰਚ ਰਹੀ ਹਾਂ ਸ਼ੁਕਰ ਉਸ ਦਾ ਫੋਨ ਆਏ। ਚਲੋ ਵੀ ਗੁੱਡ ਹੋਈ ਗਿਆ ਕਿ ਹੋਰ ਕਿਸੇ ਮੇਲੇ ਵੀ ਖੜੇ ਇੱਥੇ, ਇਸ ਮੇਲੇ ਵੀ ਕਿੰਨੀ ਗਈਆਂ ਇੱਥੇ ਜਿਹੜੀ ਵਾਮ ਨਹੀਂ ਸੀ ਮੇਲੀ, ਫਿਰ ਆ ਕੇ ਅੱਧੇ ਘੰਟੇ ਚੀਜ਼ਾਂ ਗਿਰੀ ਤਾਂ ਮੁੜੀ ਆ ਰਹੇ ਹਾਂ। ਇਹ ਥਾਂ ਸ਼ੋਲ ਮੇਲਾ ਔਰ ਇਸ ਅਰਸੇ ਨਾਲ ਆਖਰੀ ਮੇਲਾ, ਮੈਂ ਇਹ ਦੋਸਤਾਂ ਨਾਲ ਸ਼ੇਅਰ ਕਰੇਗੀ ਨਾ। ਠੀਕ ਹੈ ਜੀ, ਮਿਲਦੇ ਆਪਕੇ ਸਾਥ ਨੈਕਸਟ ਕਿਸੇ ਫਿਟਿੰਗ ਟਾਪਿਕ ਜਾਂ ਗੱਪਸ਼ਪ ਕੇ ਸਾਥ। ਆਪ ਮੁਝੇ ਆਪਣੀ ਦੋਵਾਂ ਯਾਦ ਰੱਖੇ, ਮੈਂ ਆਪ ਆਪਣੀ ਦੋਵਾਂ ਯਾਦ ਰੱਖੂੰਗਾ ਆਉਣੇ ਕਿ ਮੈਂ ਲੱਭੀ ਗਿਆ, ਮੈਂ ਤਸਵੀਰਾਂ ਵਾਲਾ ਬਣਾਈ ਗਈ ਹਾਂ। ਚਲੀਏ, ਅੱਲਾ ਹਾਫਿਜ਼।